ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸੇ ਰੂਤਿਆਂ ਜੀ ਆਣ ਜਿਸ ਵੇਲੇ ਵੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 2.5 ਸਾਲ ਦੀ ਪੰਜਾਬ ਦੀ ਇਸ ਧੀ ਨੇ ਬਣਾਇਆ ਇਹ ਰਿਕਾਰਡ ਸਾਰੇ ਪਾਸੇ ਹੋ ਰਹੀ ਆ ਚਰਚਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਸਭ ਤੋਂ ਪਹਿਲਾਂ 2.5 ਸਾਲਾਂ ਸਾਡੀ ਧੀ ਦੀ ਤਸਵੀਰ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜੀ ਵੱਡੇ ਰਿਕਾਰਡ ਇਸ ਧੀ ਨੇ ਬਣਾ ਲਏ ਨੇ ਖਬਰ ਪੂਰੀ ਡਿਟੇਲ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਛੋਟੀ ਜਹੀ ਉਮਰ ਦੇ ਵਿੱਚ ਆਪਣੇ ਹੁਨਰ ਅਤੇ ਪ੍ਰਤਿਭਾ ਦੇ ਦਮ ਤੇ ਇੰਡੀਆ ਬੁੱਕ ਆਫ ਰਿਕਾਰਡ 2022 ਦੇ ਵਿੱਚ ਨਾਮ ਦਰਜ ਕਰਵਾਇਆ ਗਿਆ ਹੈ ਕਹਿੰਦੇ ਨੇ ਕਿ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਫਰਕ ਸਿਰਫ ਇਹਨਾ ਹੈ ਕਿ ਆਪਣੇ ਹੁਨਰ ਦੀ ਪਛਾਣ ਕਰਕੇ ਉਸ ਦੇ ਵਿੱਚ ਨਿਖਾਰ ਕੀਤਾ ਜਾਵੇ ਸੋ ਬੱਚੀ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕਰਵਾਇਆ ਗਿਆ ਜਿਸ ਦੇ ਚੱਲਦੇ ਹੋਏ ਬੱਚੀ ਦੇ ਪਰਿਵਾਰ ਤੇ ਇਲਾਕੇ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਇਸ ਬੱਚੀ ਦਾ ਜਨਵਰੀ ਮਹੀਨੇ ਦੇ ਵਿੱਚ ਆਨਲਾਈਨ ਟੈਸਟ ਕਰਵਾਇਆ ਗਿਆ ਸੀ ਜਿਸ ਵਿੱਚ ਕਰੀਬ 40 ਮਿੰਟ ਤੇ ਟੈਸਟ ਦੇ ਵਿੱਚ ਬੱਚੀ ਨੇ ਵਨ ਫਲਾਂ ਸਬਜ਼ੀਆਂ ਜੰਗਲੀ ਜਾਨਵਰਾਂ ਦੇ ਨਾਮ ਪੰਛੀਆਂ ਦੇ ਨਾਮ ਸਮੁੰਦਰੀ ਜਾਨਵਰਾਂ ਦੇ ਨਾਮ ਫੁੱਲਾਂ ਦੇ ਨਾਮ ਦੀ ਪਛਾਣ ਦੱਸਣ ਤੋਂ ਇਲਾਵਾ ਪੜਜ ਰਾਹੀਂ ਹੋਰ ਗਤੀਵਿਧੀਆਂ ਨੂੰ ਬਾ ਖੂਬੀ ਨਵਾਇਆ ਸੀ ਇਸ ਦੇ ਚੱਲਦੇ ਹੋਏ ਬੱਚੀ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਕੀਤਾ ਗਿਆ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੱਚੀ ਦਾ ਨਾਮ ਇਨਾਇਤ ਕੌਰ ਹੈ ਉਸ ਦਾ ਜਨਮ 30 ਜੁਲਾਈ 2019 ਨੂੰ ਹੋਇਆ ਸੀ ਉੱਥੇ ਹੀ ਬੱਚੀ ਦੇ ਮਾਪਿਆਂ ਵੱਲੋਂ ਇਸ ਉਪਲਬਧੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਕਿਹਾ ਜੀ ਹਰੇਕ ਬੱਚੇ ਵਿੱਚ ਪ੍ਰਤਿਭਾ ਛੁਪੀ ਹੁੰਦੀ ਹੈ ਸਭ ਫਰਕ ਸਿਰਫ ਇਨਾ ਹੁੰਦਾ ਕਿ ਬੱਚੇ ਦੇ ਉਸ ਹੁਨਰ ਨੂੰ ਪਛਾਣਨ ਦੇ ਵਿੱਚ ਉਸ ਦੀ ਮਦਦ ਕੀਤੀ ਜਾਵੇ ਧੰਨ